ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਦੀਪ ਪੁਰੀ ਦੁਆਰਾ ਅੱਜ ਅੰਮ੍ਰਿਤਸਰ ਵਿੱਚ ਆਪਣਾ ਨਾਮਕਰਨ ਪੱਤਰ ਦਾਖਲ ਕਰਵਾਇਆ ਗਿਆ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਅਤੇ ਕੈਪਟਨ ਅਭਿਮਨਯੂ, ਪੰਜਾਬ ਦੇ ਪੂਰਵ ਮੰਤਰੀ ਬਿਕਰਮਜੀਤ ਮਜੀਠੀਆ ਅਤੇ ਭਾਜਪਾ ਦੀ ਸਮੂਹ ਲੀਡਰਸ਼ਿਪ ਮੌਜੂਦ ਰਹੀ। ਉੱਥੇ ਨਾਮਕਰਨ ਪੱਤਰ ਭਰਨ ਤੋਂ ਬਾਅਦ ਬਿਕਰਮਜੀਤ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਾਂਗਰਸ ਉੱਤੇ ਜ਼ੋਰਦਾਰ ਨਿਸ਼ਾਨੇ ਸਾਧੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਜ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪੁਰੀ ਸਾਹਿਬ ਨੇ, ਹਰਦੀਪ ਸਿੰਘ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਵਾਸਤੇ, ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਨਗਰੀ ਵਾਸਤੇ, ਗੁਰੂ ਦੀ ਨਗਰੀ ਦੀ ਸੇਵਾ ਵਾਸਤੇ ਅੱਜ ਕਾਗਜ਼ ਭਰੇ ਆ। ਗੁਰੂ ਬਖਸ਼ਿਸ਼ ਕਰਨ, ਉਹਨਾਂ ਨੂੰ ਕਾਮਯਾਬੀ ਬਖਸ਼ਣ, ਭਾਈਚਾਰਕ ਸਾਂਝ ਵਾਸਤੇ ਔਰ ਇਸ ਇਲਾਕੇ ਦੀ ਤਰੱਕੀ ਵਾਸਤੇ। ਮੇਰਾ ਇਹ ਮੰਨਣਾ ਮੋਦੀ ਸਾਹਿਬ ਨਾਲ ਰਲ ਕੇ ਇਸ ਇਲਾਕੇ ਦੇ ਬਾਰਡਰ ਦੇ ਇਲਾਕੇ ਦੇ ਭਲੇ ਵਾਸਤੇ ਵੱਡਾ ਉਹ ਸੇਵਾ ਯੋਗਦਾਨ ਪਾ। ਜਦ ਕਾਂਗਰਸ ਨੂੰ ਕੋਈ ਉਮੀਦਵਾਰ ਹੀ ਨਹੀਂ ਲੱਭਿਆ, ਉਹਨਾਂ ਦੇ ਵਜ਼ੀਰ ਤਾਂ ਮੈਦਾਨ ਤੋਂ ਭੱਜ ਗਏ, ਦੋ ਦੋ ਵੱਡੇ ਵਜ਼ੀਰ ਹੈ ਉਹ ਇਲੈਕਸ਼ਨ ਲੜਨ ਤੋਂ ਭੱਜ ਗਏ। ਇਹਨਾਂ ਨੂੰ ਬਾਹਰੋਂ ਬਠਿੰਡੇ ਦੇ ਲੋਕਾਂ ਨੂੰ ਇੱਕ ਕੈਂਡੀਡੇਟ ਲਿਆ ਕੇ ਕਾਂਗਰਸ ਨੂੰ ਦੇਣਾ ਪਿਆ। ਕਾਂਗਰਸ ਨੂੰ ਕੋਈ ਕਾਬਲ ਉਮੀਦਵਾਰ ਨਹੀਂ ਉੱਥੋਂ ਲੱਭਿਆ। ਇਹ ਆਪ ਹੀ ਦਰਸਾਉਂਦਾ ਕਿ ਬਠਿੰਡੇ ਦੇ ਲੋਕਾਂ ਨੇ ਕਿਵੇਂ ਕਾਂਗਰਸ ਪਾਰਟੀ ਨੂੰ ਰਿਜੈਕਟ ਕਰਨ ਦਾ ਕੰਮ ਕੀਤਾ। ਦੇਖੋ ਜੀ, ਲੋਕਾਂ ਦੀ ਜੋ ਮੰਗ ਸੀ, ਔਰ ਅਸੀਂ ਦੂਜੀ ਪਾਰਟੀਆਂ ਵਾਂਗੂ ਨਹੀਂ, ਅਸੀਂ ਤਗੜੇ ਹੋ ਕੇ ਲੋਕਾਂ ਦੀ, ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਨੌਜਵਾਨਾਂ ਦੀ, ਪੰਜਾਬ ਦੇ ਦਲਿਤ ਭਰਾ ਦੀ, ਪੰਜਾਬ ਦੇ ਬੈਕਵਰਡ ਵੀਰਾਂ ਦੀ, ਪੰਜਾਬ ਦੇ ਮੁਲਾਜ਼ਮਾਂ ਦੀਆਂ, ਪੰਜਾਬ ਦੇ ਵਪਾਰੀ ਦੀਆਂ, ਜੋ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਹੁੰ ਖਾ ਕੇ ਉਹਨਾਂ ਨਾਲ ਧੋਖਾ ਕੀਤਾ, ਉਹਨਾਂ ਦੀ ਲੜਾਈ ਵੀ ਲੜਾਂਗੇ। ਔਰ ਜੋ ਗੁਰੂ ਦੇ ਧੋਖਾ ਕਰਨ ਵਾਲੀ ਪਾਰਟੀ ਕਾਂਗਰਸ ਪਾਰਟੀ ਹੈ, ਸ਼੍ਰੀ ਹਰਿਮੰਦਰ ਸਾਹਿਬ ਨੂੰ ਢਹਿਟੇਰੀ ਕਰਨ ਵਾਲੀ, 84 ਦੇ ਕਤਲੇਆਮ ਦੀ ਜ਼ਿੰਮੇਵਾਰ ਗਾਂਧੀ ਪਾਰਟੀ ਕਾਂਗਰਸ ਪਾਰਟੀ, ਉਹਨਾਂ ਦਾ ਬਦਲਾ ਲੈਣ ਦਾ ਵੀ ਲੋਕ ਕੰਮ ਕਰਨਗੇ। ਦੇਖੋ ਜੀ, ਸਨੀ ਦਿਓਲ ਦਾ ਤਾਂ ਇਹ ਤੁਹਾਡੇ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਕਿ ਜਾਖੜ ਸਾਹਿਬ ਬਾਰੇ ਕਿ ਮੂਸਾ ਭੱਜਿਆ ਮੌਤ ਕੋਲੋਂ, ਮੌਤ ਅੱਗੇ ਖਲੋਤੀ। ਜਿਹੜਾ ਫਿਰੋਜ਼ਪੁਰ ਤੋਂ ਰਿਜੈਕਟਡ ਸੀ, ਉਹ ਗੁਰਦਾਸਪੁਰ ਦੇ ਲੋਕਾਂ ਨੂੰ ਠੱਗਣਗੇ, ਮਗਰ ਹੁਣ ਗੁਰਦਾਸਪੁਰ ਦੇ ਲੋਕਾਂ ਨੇ ਜਾਖੜ ਸਾਹਿਬ ਤੋਂ ਹਿਸਾਬ ਮੰਗਣਾ ਕਿ 2.5 ਸਾਲ ਸਾਡੇ 800 ਸਕੂਲ ਬੰਦ ਕਰਾ ਤੇ, ਮੁਲਾਜ਼ਮਾਂ ਦੀਆਂ ਪੇਕ ਕਮਿਸ਼ਨ ਲਾਗੂ ਨਹੀਂ ਹੋਇਆ, ਜਜ਼ੀਆ ਟੈਕਸ ਪ੍ਰੋਫੈਸ਼ਨਲ ਟੈਕਸ ਲਾ ਤਾ, ਕਿਸਾਨੀ ਕਰਜ਼ਾ ਮਾਫ ਨਹੀਂ ਹੋਇਆ, ਘਰ ਘਰ ਨੌਕਰੀ ਮਿਲੀ ਨਹੀਂ, ਬੇਰੁਜ਼ਗਾਰੀ ਭੱਤਾ 2500 ਮਿਲਿਆ ਨਹੀਂ, ਪੈਨਸ਼ਨ 2500 ਹੋਈ ਨਹੀਂ, 51,000 ਸ਼ਗਨ ਮਿਲਿਆ ਨਹੀਂ, ਇੱਕ ਇੱਕ ਦਾ ਹਿਸਾਬ ਲੋਕ ਮੰਗਣਗੇ। ਨੋਮੀਨੇਸ਼ਨ ਫਾਰਮ ਭਰਤੇ ਨੇ, ਅੱਜ ਤੋਂ ਕੈਂਪੇਨ ਜੋ ਹੈ ਜ਼ੋਰਾਂ ਨਾਲ ਸ਼ੁਰੂ ਹੋ ਜਾਏਗੀ, ਅਤੇ ਮੈਨੂੰ ਪੂਰੀ ਉਮੀਦ ਹੈ ਕਿ ਵਿਕਟਰੀ ਵਿਲ ਬੀ ਆਵਰਸ ਔਰ ਬੜੇ ਮੈਂ ਕਹਿ ਰਿਹਾ ਸੀ, ਅੱਜ ਅਸੀਂ ਨੋਮੀਨੇਸ਼ਨ ਫਾਰਮ ਭਰਤਾ, ਬਹੁਤ ਸ਼ੁਭ ਅਵਸਰ ਹੈ। ਕੈਂਪੇਨ ਹੁਣ ਸ਼ੁਰੂ ਹੋ ਜਾਏਗੀ ਇੱਕਦਮ, ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵਿਕਟਰੀ ਵਿਲ ਬੀ ਆਵਰਸ ਐਂਡ ਗੁਰੂ ਦੀ ਨਗਰੀ ਨੂੰ ਰਿਪ੍ਰਜੈਂਟ ਕਰਨ ਦਾ ਮੌਕਾ ਮਿਲੇਗਾ, ਅਤੇ ਜਿਹੜਾ ਮੇਰਾ ਵਿਜ਼ਨ ਡਾਕੂਮੈਂਟ ਹੈ ਉਹ ਕਰੀਬ ਤਿਆਰ ਹੈ, ਅਗਲੇ 2-3 ਦਿਨਾਂ 'ਚ ਅਸੀਂ ਤੁਹਾਡੇ ਸਾਹਮਣੇ ਉਹਨੂੰ ਰੱਖ ਦਿਆਂਗੇ ਕਿ ਗੁਰੂ ਦੀ ਨਗਰੀ ਵਾਸਤੇ ਕੀ ਵਿਜ਼ਨ ਹੈਗਾ, ਕੀ ਡਿਵੈਲਪਮੈਂਟ ਵਿਕਾਸ ਅਸੀਂ ਚਾਹਵਾਂਗੇ, ਅਤੇ ਤੁਹਾਡੇ ਨਾਲ ਡੇਲੀ ਬੇਸਿਸ 'ਤੇ ਕੰਟੈਕਟ ਰਹੇਗਾ, ਅਤੇ ਬਾਕੀ ਜਿਹੜੇ ਕੈਂਪੇਨ 'ਚ ਇਸ਼ੂਜ਼ ਉੱਠਣਗੇ ਉਹਨਾਂ ਨਾਲ ਮੈਂ ਤੁਹਾਡੇ ਨਾਲ ਚਰਚਾ ਕਰਕੇ ਇਸ਼ੂਜ਼ 'ਤੇ ਜਵਾਬ ਦਿਆ ਕਰਾਂਗਾ। ਹਾਂਜੀ, ਹਾਂ, ਆਪਨੇ ਦੇਖਾ ਹੋਗਾ ਸੋਸ਼ਲ ਮੀਡੀਆ ਪੇ ਕੈਸੀ ਲਹਿਰ ਥੀ ਵਹਾਂ ਪੇ, ਔਰ ਉਮੀਦ ਥੀ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਕੇ ਜੋ ਅਧਿਕਸ਼ ਹੈ, ਉਨਕੀ ਬਹਿਨ ਮਿਸਿਜ਼ ਵਾਡਰਾ, ਕੁਛ ਚਰਚਾ ਥੀ ਕਿ ਉਹ ਵੀ ਨੋਮੀਨੇਸ਼ਨ ਭਰੇਂਗੀ, ਉਹਨੇ ਤੋ ਕਿਹਾ ਨਹੀਂ, ਉਹ ਮੈਦਾਨ ਪਹਿਲੇ ਸੇ ਹੀ ਛੋੜ ਗਈ ਹੈ, ਔਰ ਮੁਝੇ ਪੂਰੀ ਉਮੀਦ ਹੈ ਕਿ ਜੋ ਓਵਰਆਲ ਰਿਜ਼ਲਟ ਹੈ, ਪਿਛਲੀ ਵਾਰੀ ਹਮਾਰੇ 282 ਸੀਟ ਆਏ ਥੀ ਲੋਕ ਸਭਾ ਮੈਂ, ਇਸ ਵਾਰ ਉਸ ਤੋਂ ਕਈ ਸੀਟਾਂ ਜ਼ਿਆਦਾ ਆਣ ਗਿਆ, ਫਿਰ ਭਾਰਤੀ ਜਨਤਾ ਪਾਰਟੀ ਦੀਆਂ। ਹਾਂਜੀ, ਲੋਕਾਂ ਦੀ ਇੱਕੋ ਹੀ ਸਵਾਲ ਹੈ ਕਿ ਪੁਰੀ ਸਾਹਿਬ 23 ਤੋਂ ਬਾਅਦ ਸਾਨੂੰ ਅਵੇਲੇਬਲ ਹੋਣਗੇ ਕਿ ਨਹੀਂ ਹੋਣਗੇ? ਉਹ ਮਹਾਰਾਜ, ਮੈਂ ਤਾਂ ਪਹਿਲੇ ਦਿਨ ਕਹਿਤਾ ਸੀਗਾ, ਮੇਰਾ ਵਿਸ਼ਵਾਸ ਹੈ 2 ਏਜ਼ ਇਜ਼ ਐਕਸੈਸਿਬਿਲਿਟੀ ਤੇ ਅਕਾਊਂਟੇਬਿਲਿਟੀ, ਉਹਦਾ ਮਤਲਬ ਹੈ ਐਕਸੈਸ
मैं 24 घंटे 24 घंटे मैं अवेलेबल होगा ते अकाउंटेबल। एक बारी मैं जबान देंगा किसी चीज से उन्हें करके दिखावांगा। इसे अमृतसर से बादल साहब ने चरण स्पर्श किए हैं मोदी साहब ने जी बिल्कुल। ये बहुत उन्होंने जो किया है हमारी परंपरा हमारी सभ्यता हमारी संस्कृति का एक बहुत पावरफुल मैसेज और सिंबल है और हम उन सब से इंस्पिरेशन लेते हैं मोदी जी से। और मोदी जी के नेतृत्व में जो नेशनल विकास हो रहा है और अगले 5 साल में जो संकल्प पत्र में लिखा गया है हमारी सबकी उम्मीद होगी हम उसी रास्ते पे चल के और जनता की सेवा कर पाए। और हाँ जी।